ਅਮਨਦੀਪ ਸਿੰਘ ਅਤੇ ਰਾਜੀਵ ਕੁਮਾਰ ਨੂੰ ਪੇਸ਼ ਕੀਤਾ। ਉਹਨਾਂ ਨੂੰ ਕੱਲ੍ਹ ਅਰੈਸਟ ਕੀਤਾ ਸੀ ਸਰ ਬਠਿੰਡਾ ਦੇ ਵਿੱਚ ਲੋਕਲ, ਅਤੇ ਉਹਦੇ 'ਚ ਉਹਨਾਂ ਦਾ ਸਾਨੂੰ 28 ਇਹਦਾ ਮਿਲਿਆ, 9 ਤੱਕ ਦਾ ਰਿਮਾਂਡ ਮਿਲਿਆ। ਸਰ ਕਿੰਨੇ ਦਿਨ ਦਾ ਅਸੀਂ ਰਿਮਾਂਡ ਮੰਗਿਆ ਸੀ, ਕਿਸ ਤਰ੍ਹਾਂ ਦੀ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈਗੀ ਹੈ? ਅਸੀਂ 4 ਦਿਨ ਦਾ ਰਿਮਾਂਡ ਮੰਗਿਆ ਸੀਗਾ, ਸਾਨੂੰ 28 ਤੱਕ ਤਰੀਕ ਤੱਕ ਆਨਰੇਬਲ ਕੋਰਟ ਨੇ ਜਿਹੜਾ ਰਿਮਾਂਡ ਦਿੱਤਾ ਹੈਗਾ। ਉਸ ਤੋਂ ਇਹਨਾਂ ਤੋਂ ਇੱਕ ਤਾਂ ਇਹਨਾਂ ਦੇ ਜਿਹੜੇ ਮੰਤਰੀ ਤਾਂ ਇਹਨਾਂ ਦਾ ਪਤੇ ਟਿਕਾਣੇ ਦਾ ਬਾਰੇ ਪਤਾ ਕਰਨਾ ਇਹਨਾਂ ਤੋਂ, ਦੂਸਰੇ ਜਿਹੜੇ ਹੈਗਾ ਇਹਨਾਂ ਦੇ ਨਾਲ ਜਿਹੜੇ ਕੰਪਿਊਟਰ ਦੇ ਉੱਤੇ ਬੋਲੀ ਲਗਾਈ ਹੈਗੀ ਉਹ ਬੋਲੀ ਲਾਉਣ ਵਾਲਾ ਕੰਪਿਊਟਰ ਰਿਕਵਰ ਕਰਾਉਣਾ ਹੈਗਾ, ਉਹ ਉਹਨਾਂ ਨੇ ਦੱਸਿਆ ਸਾਨੂੰ ਵੀ ਕਿਸੇ ਐਡਵੋਕੇਟ ਦੇ ਕੋਲ ਆ, ਉਹਨਾਂ ਨਾਲ ਅਸੀਂ ਤਾਲਮੇਲ ਕਰਕੇ ਲਵਾਂਗੇ। ਸਰ ਮਨਪ੍ਰੀਤ ਦਾ ਕੋਈ ਲੁੱਕਆਊਟ ਨੋਟਿਸ ਜਾਰੀ ਕੀਤਾ ਕੋਈ? ਨਹੀਂ ਹਾਲੇ ਨਹੀਂ। ਸਰ ਮਨਪ੍ਰੀਤ ਨੂੰ ਜੇ ਗ੍ਰਿਫਤਾਰ ਕਰੋਗੇ ਕੋਈ ਨੋਟਿਸ ਜਾਰੀ ਕਰੋਗੇ, ਸਿੱਧੀ ਗ੍ਰਿਫਤਾਰੀ ਹੋ ਰਹੀ ਹੈ? ਇਹਦੇ ਵਿੱਚ 467-67 ਸੈਕਸ਼ਨ ਲੱਗੀਆਂ ਹੋਈਆਂ ਨੇ, ਸਿੱਧੀ ਅਰੈਸਟ ਹੋ ਸਕਦੀ ਹੈ ਜੀ। ਸਰ ਜਿਹੜੇ ਮਨਪ੍ਰੀਤ ਸਮੇਤ ਹੋਰ ਵੀ ਕਥਿਤ ਆਰੋਪੀ ਨੇ ਉਹਨਾਂ ਨੂੰ ਗ੍ਰਿਫਤਾਰੀ ਲਈ ਕੋਈ ਛਾਪਾਮਾਰੀ ਕੀਤੀ ਜਾ ਰਹੀ, ਕੋਈ ਟੀਮਾਂ ਜਾ ਰਹੀਆਂ ਨੇ? ਸਾਡੀਆਂ ਟੀਮਾਂ ਜਾ ਰਹੀਆਂ ਨੇ, ਹਰ ਇੱਕ ਜਗ੍ਹਾ 'ਤੇ ਛਾਪਾਮਾਰੀ ਹੋ ਰਹੀ ਹੈ। ਕਿੱਥੇ ਕਿੱਥੇ ਸਰ ਹੁਣ ਤੱਕ ਕੋਈ ਸਰਚ ਕੀਤਾ ਗਿਆ ਕਿਤੇ? ਹਾਲੇ ਮੈਂ ਇਹਨਾਂ ਨੂੰ ਅਰੈਸਟ ਕੀਤਾ ਹੈਗਾ, ਮੇਰੇ ਕੋਲ ਇਨਵੈਸਟੀਗੇਸ਼ਨ ਆ, ਜਿੱਥੇ ਜਿੱਥੇ ਜਾਵਾਂਗੇ ਅਸੀਂ ਕੌਨਫੀਡੈਂਸ਼ਲੀ ਜਾ ਰਹੇ ਹਾਂ। ਜਦੋਂ ਜਾਵਾਂਗੇ ਤੁਹਾਨੂੰ ਜਦੋਂ ਕੋਈ ਰਿਕਵਰੀ ਹੋਊਗੀ ਜਾਂ ਕੋਈ ਅਰੈਸਟ ਹੋਊਗੀ ਤਾਂ ਤੁਹਾਨੂੰ ਸੂਚਿਤ ਕਰ ਦਿੰਦੇ। ਜਿਹੜੀ ਉਹਨਾਂ ਦੇ ਪਿੰਡ ਦੇ ਵਿੱਚ ਘਰ ਦੇ ਵਿੱਚ ਯਾਨੀ ਕਿ ਉਹਨਾਂ ਦੇ ਘਰੇ ਜਿਹੜੀ ਆ ਹੁਣ ਇਸ ਟਾਈਮ ਚੈਕਿੰਗ ਕੀਤੀ ਜਾ ਰਹੀ ਹੈ ਵਿਜੀਲੈਂਸ ਵੱਲੋਂ, ਉੱਥੇ ਕੀ ਆਪਣਾ ਹੁਣ ਤੱਕ ਕੀ ਹੋਇਆ ਜੀ? ਕਿੰਨਾ ਦੀ ਚੈਕਿੰਗ ਕੀਤੀ ਜਾ ਰਹੀ ਹੈ? ਮਨਪ੍ਰੀਤ ਬਾਦਲ ਦੇ ਘਰ ਜਿਹੜੀ ਸਰਚ ਹੋ ਰਹੀ ਹੈ ਵਿਜੀਲੈਂਸ ਵੱਲੋਂ? ਸਾਡੀਆਂ ਟੀਮਾਂ ਲੱਗੀਆਂ ਹੋਈਆਂ ਜੀ, ਕੌਨਫੀਡੈਂਸ਼ੀਅਲ ਹੈ ਅਜੇ, ਕਿਉਂਕਿ ਮੈਂ ਤਾਂ ਰਿਪੋਰਟ 'ਚ ਆਇਆ ਹੋਇਆ, ਉਹ ਸਾਨੂੰ ਜਾ ਕੇ ਰਿਪੋਰਟ ਦੇਣਗੇ ਕੀ ਹੋਇਆ ਕੀ ਨਹੀਂ ਹੋਇਆ। ਕਿੰਨੇ ਲੋਕਾਂ ਦੇ ਉੱਤੇ ਜਿਹੜਾ ਪਰਚਾ ਦਰਜ ਹੋ ਚੁੱਕਿਆ ਜੀ ਅਤੇ ਔਰ ਕਿੰਨੇ ਅਰੈਸਟ ਹੋਏ ਨੇ ਹੁਣ ਤੱਕ? 6 ਬੰਦਿਆਂ 'ਤੇ ਕੇਸ ਰਜਿਸਟਰਡ ਹੋਇਆ ਜੀ। ਸਰ ਹੋਰ ਵੀ ਤਿੰਨ ਅਰੈਸਟ ਹੋ ਚੁੱਕੇ ਨੇ, ਇੱਕ ਅੱਜ ਹੋਇਆ, 2 ਕੱਲ੍ਹ ਹੋ ਗਏ ਸੀ ਜੀ। ਸਰ ਹੋਰ ਵੀ ਇਹ 'ਚ ਆ ਸਕਦੇ ਨੇ ਬੰਦੇ ਕੋਈ ਜਾਂਚ ਦੇ ਘੇਰੇ 'ਚ? ਇਹਦੇ 'ਚ ਕਈ ਬੰਦੇ ਆ ਸਕਦੇ ਆ ਕਿ ਜਿਨ੍ਹਾਂ ਦਾ ਕੋਈ ਰੋਲ ਆਊਗਾ, ਅਸੀਂ ਪੂਰਾ ਜਿਹੜਾ ਥੋਰੋਲੀ ਇਹਨੂੰ ਇਨਵੈਸਟੀਗੇਟ ਕਰਕੇ ਜੇ ਕਿਸੇ ਨਵੇਂ ਬੰਦੇ ਦਾ ਰੋਲ ਆਊਗਾ ਉਹਨੂੰ ਬਿਲਕੁਲ ਨੋਮੀਨੇਟ ਕਰਾਂਗੇ।